ਕਿਹਦਾ ਬੱਚਾ ਹੈ ਪ੍ਰਭੂਣ ਕਿਹਦਾ ਬੱਚਾ ਹੈ ਇਹ ਕਿਹਦਾ ਬੱਚਾ ਹੈ ਬੱਚਾ ਸੰਗਦਾ ਥੋੜਾ ਜਿਹਾ ਹੈਲੋ ਗਾਈਸ ਵੈਲਕਮ ਬੈਕ ਟੂ ਦਾ ਚੈਨਲ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਹੈਗੇ ਹਾਂ ਵਿਹਲੇ ਐਤਵਾਰ ਦਾ ਦਿਨ ਅਤੇ ਆਪਾਂ ਸੋਚਿਆ ਬਦਾਮ ਰਗੜਾ ਹੀ ਬਣਾ ਲਈਏ ਆ ਰਿਹਾ ਪ੍ਰਭੂਣ ਅਤੇ ਇੱਕ ਆਹ ਮੁੰਡਾ ਮੰਗਾਇਆ ਬਾਹਰਲੀ ਕੰਟਰੀ ਤੋਂ ਇੰਪੋਰਟ ਕਰਾਇਆ ਅਤੇ ਆਪਾਂ ਹੁਣ ਪਹਿਲਾਂ ਦੌਰੀ ਨੂੰ ਧੋਨੇ ਆ ਵਿੱਚ ਰਗੜਾ ਲਾਵਾਂਗੇ ਕੱਢ ਲਈ ਹੁਣ ਧੋਤੀ ਆ ਰਗੜ ਰਗੜ ਕੇ ਧੋਈ ਜਾਂਦਾ ਧਿਆਨ ਭਾਰੀ ਆ ਇਹ ਆਪਾਂ ਪ੍ਰਭੂ ਕਾਹ ਤੋਂ ਕਰੀ ਜਾਂਦੇ ਹਾਂ ਦੱਸ ਲੋਕਾਂ ਨੂੰ ਇਹ ਆਪਾਂ ਕਰੀ ਜਾਂਦੇ ਕਿ ਇਹ ਰਹਿਤ ਮਰਿਆਦਾ ਹੁੰਦੀ ਨਿਹੰਗ ਲੋਕ ਬੰਨਦੇ ਆਪਣੇ ਚੜਦਾ ये देखो गाइस अब बच्चा की कर रहा गुशाम की बेइज्जती यार ना यार गुशाम आगे आ देखो फोटो आप दी पाई ये आप दी कंपनी दी इन्हें टी-शर्ट पाई है देख सकते हो तो सेटअप तैयार है सारे देखो नंगे पैर ही खड़े हैं की हाल है जी भाई इंग्रेडिएंट्स तो ले ही आया चल चलिए लॉबी रगड़े वास्ते आप सारा समान ले आंदा थानू दिखाने आ आई सौंफ इलाचियां बादाम ते कुछ बादाम दे नाल खसखस तैयार है पानी ते प्रभगुण आउंदा ते आप शुरू करदे आ ते अपना डंडा आ चुक्या प्रभगुण टाइम लाई जांदा अजे उहनू डीकदे पए आ ਉਹ ਆਉਂਦਾ ਫਿਰ ਰਗੜਾ ਸ਼ੁਰੂ ਕਰੂਗਾ ਲਾਉਣਾ ਤਾਂ ਅੱਜ ਤੁਹਾਨੂੰ ਵਿਖਾਉਂਦੇ ਹਾਂ ਭਾਅ ਜੀ ਮੁੰਡਾ ਆ ਚੁੱਕਿਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਇਹ ਆ ਗਿਆ ਬਦਾਮ ਤੇ ਖਸਖਸ ਚਮਚਾ ਜਾਏਗਾ ਨਾ ਹੁਣ ਚਮਚਾ ਲੈ ਕੇ ਆ ਮੰਜੇ ਦੇ ਇੱਧਰ ਪਿਆ ਹੋਊਗਾ ਜਾਂ ਫਿਰ ਰਸੋਈ 'ਚ ਦੇਖ ਪਹਿਲਾਂ ਮੰਜੇ 'ਤੇ ਚੈੱਕ ਕਰ ਲਿਆ ਤਾਂ ਟੋਕਰੀ 'ਚ ਪਿਆ ਹੋਊਗਾ ਚਮਚੇ ਦਾ ਹੀ ਕਰਨਾ ਮਿਕਸ ਕਰਨੇ ਆ ਇਹਨੂੰ खुशबू बहुत घंट छोटी इलाची आ गई बदाम डिग गया ध्यान नाल ये नहीं डिगन देना बार नेड़ो दिखाइए थोड़ा जा मजा आवे देखने ਬਹੁਤ ਮਿਹਨਤ ਦਾ ਕੰਮ ਆ ਨਾ ਕਿੰਨਾ ਟਾਈਮ ਲੱਗ ਜਾਂਦਾ ਬਣਾਉਣ ਸਹੀ 2 ਘੰਟੇ 2 ਘੰਟੇ ਲੱਗਦੇ ਆਪਾਂ ਪਰ ਛੇਤੀ ਕਰਾਂਗੇ ਥੋੜਾ ਜਿਹਾ ਬਦਾਮ ਰਗੜਾ ਲਾਉਣ ਦੇ ਲਾਇਕ ਹੋ ਗਿਆ ਨਾ ਮਿਕਸ ਹੋ ਚੁੱਕਿਆ ਸਾਰਾ ਮਟੀਰੀਅਲ ਆਹੀ ਖੁਸ਼ਬੂ ਆ ਰਹੀ ਹੈ ਇਹਦਾ ਕਲਰ ਬਰਾਊਨ ਜਿਹਾ ਤਾਂ ਹੋ ਗਿਆ ਨਾ ਬਰਾਊਨ ਜਿਹਾ ਹੋਇਆ ਪੂਰਾ ਪੂਰਾ ਜਿਹਾ ਲੱਗਣ ਲੱਗਾ ਸਾਰਾ ਕੁਝ ਹੁਣ ਆਊਗਾ ਥੋੜਾ ਜਿਹਾ ਪਾਣੀ ਜ਼ਿਆਦਾ ਸੁੱਕਿਆ ਸੁੱਕਿਆ ਜਿਹਾ ਲੱਗੀ ਜਾਂਦਾ ਸੀ ਹਾਂ ਬਹੁਤ ਆ ਬਹੁਤ ਆ
थोड़ा थोड़ा करके पानी पाना पैंता। आ देख रंग चेंज होने लग गया, वाइट होने लग गया पानी नाल। चली जाता है, रुकता ही नहीं। पानी आ गया जी, पानी मक्खियां भी आ गई, कहते स्वाद चीज बन लगी है। मक्खी बिच रगड़ दिंदे मक्खी ना ताकत आउंदी है, कहना मक्खी बिच रगड़ दिंदे आ बाबे मुक्सर। बाबे ओवें ही खा लैंदे चक्के, थल्ले नहीं होंदे, फिर थल्ले आले नहीं चक्के होंदे, नहीं पौंदे जी, आपां दा पा लिया। चल कोई नहीं, आपां कड़ा अपने है तो अभी हो गया स्मूथ पूरा रगड़ा, हम थोड़ा थोड़ा तैयार होना शुरू हो गया ना। दूध तो 2 घंटे कहता, 2 घंटे तो नहीं लगते, पर थोड़ी छेती हो जाता है। स्पीड ना है तू काला का तो पई ना मन करे जाना ले। क्या यार बच्चा कहां से लेके आए हो इसको, कीदा बच्चा है प्रागुण, कीदा बच्चा है, ए कीदा बच्चा है, बच्चा संगदा थोड़ा जा है। इन्हें प्यास लगी, पानी पी के आना। वो भी जसपाल नु उड़ीकदे पए सी, वो आ गया पूरा कैंट बनया भाई। अल्लाह अल्लाह भाई कर कर, एक बंदा था भज गया पीने वाला। चमचे की आवाज बहुत सैटिस्फाइंग है। ओ वाह कितना घंट रंग बनता पे। पानी अपन थोड़ी और जरूरत पो मिल लगता ना, पानी थोड़ा अपने को। ਸਾਈਡਾਂ ਵਾਲਾ ਚੰਗੀ ਤਰ੍ਹਾਂ ਹੁਣ ਲਾਈ ਜਾਂਦਾ ਪਾਣੀ ਨਾਲ, ਕੁਛ ਵੀ ਜੰਮਿਆ ਨਾ ਰਿਹਾ ਜੇ ਫਾਲਤੂ ਵਾਲਤੂ। ਕਰਤਾ ਕੰਮ ਉਹੀ ਬਹੁਤ ਭਾਰੀ ਆ, ਡਰਦਾ ਸੀ ਬਸ ਮੰਨਦੇ ਨਹੀਂ ਮੇਰੀ ਆਕਰੀ ਪਾਣੀ ਬਸ, ਕਿਉਂਕਿ ਜੇ ਉੱਤੋਂ ਦੀ ਪਾਵਾਂਗੇ ਪਾਣੀ ਫਿਰ ਤਾਂ ਉਹ ਕਿੰਨੇ ਨੂੰ ਦੂਜਾ ਹੀ ਸਿਸਟਮ ਸਾਰਾ ਕੇਰਾ ਜਿਹੜਾ ਸਾਰਾ ਪਾਣੀ ਹੈ ਨਾ ਇਹਦੇ ਵਿੱਚੋਂ ਮੂੰਹ ਥਾਣੀ ਕੱਢਾਂਗੇ, ਫਿਰ ਨਵਾਂ ਪਾਣੀ ਲਿਆਵਾਂਗੇ ਉਹਦੇ ਨਾਲ ਉੱਤੋਂ ਧੋਵਾਂਗੇ। ਆ ਦੇਖ ਬਣਿਆ ਤਾਂ ਬਹੁਤ ਘੈਂਟ ਆ, ਖੋਲ ਇਹਦਾ ਮੂੰਹ ਸਾਰਾ ਖੋਲ, ਪਲਟ ਦਈਏ ਸਾਰਾ ਜਿਹੜਾ ਹੈਗਾ ਵਿੱਚ, ਫਿਰ ਹੋਰ ਪਾਣੀ ਪਾ ਲਾਂਗੇ ਉੱਤੇ ਲਿਆਉਣਾ। ਕਿਉਂਕਿ ਆਹ ਜਿਹੜਾ ਵਿੱਚ ਸੀ ਨਾ ਇਹ ਫਿਰ ਜਾਣਾ ਸੀ ਡੋਲ ਨਾ ਦੇਈ, ਪਤਾ ਨਹੀਂ ਮੈਨੂੰ ਇਹੋ ਜਿਹੀ ਸਿਚੁਏਸ਼ਨ 'ਚ ਡਰ ਕਾਹਦਾ ਲੱਗਣ ਲੱਗ ਪਈ। ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ, ਕਿੰਨਾ ਲਿਆਵਾਂ ਪਾਣੀ ਹੋਰ, ਥੋੜ੍ਹਾ ਜਿਹਾ ਲਿਆ ਪਰ
ਉੱਦਾਂ ਕਰ ਲਿਆ ਲੁਮਣਾ ਮੈਂ ਲਾਚੀਆਂ ਤੂੰ ਥੋੜੀਆਂ ਜ਼ਿਆਦੀਆਂ ਪਾ ਦਿੰਦੀ ਸੀ ਚਲ ਇਹਦਾ ਕੋੜਾ ਟੇਸਟ ਨਾ ਆਵੇ ਕਿ ਨਹੀਂ ਹੁੰਦਾ ਨਹੀਂ ਉਹਦਾ ਬੋਲ ਉਹ ਆਪਾਂ ਖੰਡ ਤਾਂ ਪਾਈ ਨਹੀਂ ਚਮ ਹੈ ਖੰਡ ਤਾਂ ਪਾਈ ਨਹੀਂ ਖੰਡ ਤਾਂ ਬਾਅਦ ਵਿੱਚ ਐਡ ਕਰਾਂਗੇ ਉੱਤੇ ਥੋੜੀ ਪਾਈ ਦੀ ਇਹਨੂੰ ਇਹ ਕਰਕੇ ਰੱਖ ਚਲ ਕੋਈ ਨਹੀਂ ਉਹਦਾ ਘਰ ਚੱਲੇ ਇਹ ਨਹੀਂ ਇਹ ਬਦਾਮ ਸ਼ਰਦਾ ਹੀ ਵਿੱਚੋਂ ਸਾਰਾ ਮਟੀਰੀਅਲ ਕੱਢ ਕੇ ਰੱਖ ਤੇ ਲੈ ਰੱਖ ਤੇ ਲੈ ਰੱਖ ਸੁੱਟਣਾ ਹੀ ਇਹਨੂੰ ਨਹੀਂ ਸੁੱਟਣਾ ਹੋਰ ਖਾ ਸਕਦੇ ਇਹਨੂੰ ਖਾ ਨਾ ਸਕਦੇ ਆ ਕਿਤੇ ਤੇਰੇ ਆਪਦੇ ਪਾਪਾ ਨੂੰ ਪੁੱਛੀ ਤੇਰੇ ਪਾਪਾ ਆ ਰੱਖੀ ਆ ਉਹਦੇ ਕੋਲੇ ਆਪਦੇ ਪਾਪਾ ਨੂੰ ਖਵਾਈ ਪਾਪਾ ਨਹੀਂ ਖਾਂਦਾ ਭਰਾਵਾ ਆ ਦੇਖ ਸਕਦੇ ਹੋ ਕਿਵੇਂ ਦਾ ਬਣ ਗਿਆ ਡਰਾਈ ਜੇ ਹੁਣ ਡਰਾਈ ਬਣ ਚੁੱਕਾ ਹੈ ਪਰ ਆਪਾਂ ਇਹਨੂੰ ਖਾ ਵੀ ਸਕਦੇ ਆ ਬਈ ਕਹਿੰਦਾ ਨਹੀਂ ਖਾਣਾ ਅਸੀਂ ਨਹੀਂ ਖਾਂਦੇ ਅਸੀਂ ਆਪਾਂ ਬੂਟਿਆਂ ਨੂੰ ਪਾਵਾਂਗੇ ਇਹ ਖਾਦ ਦੇ ਰੂਪ ਚ ਕੰਮ ਆਉਂਦਾ ਖਾਦ ਦੇ ਰੂਪ ਚ ਵੀ ਕੰਮ ਆ ਸਕਦਾ ਹੈ ਆਪਾਂ ਇਹਨੂੰ ਖਾ ਸਕਦੇ ਆ ਆਪਣਾ ਭਰਾਵਾ ਇੱਕ ਬਦਾਮ ਸਾਬ ਤੇ ਹੀ ਛੱਡਤਾ ਤੂੰ ਅੱਲਾ ਖਾ ਉਹ ਤੂੰ ਖਾ ਆ ਸ਼ਰਦਾਈ ਦੇਖ ਸਕਦੇ ਆਪਣੀ ਪੂਰਾ ਵਾਈਟ ਵਾਈਟ ਕਲਰ ਹੋ ਗਿਆ ਰੱਬ ਨੇ ਬਦਾਮ ਮਾਰੀ ਇਹਨੂੰ ਆ ਦੇਖੋ ਆਪਾਂ ਬੂਟਾ ਛੱਡ ਦਿੰਦੇ ਆ ਖਾ ਤਾਂ ਸਕਦੇ ਨਹੀਂ ਇਹਨੂੰ ਖਾਣ ਨੂੰ ਤਾਂ ਕੀ ਖਾ ਸਕਦੇ ਆ ਪਰ ਓ ਮਾਈ ਗੋਡ ਦੈਟਸ ਗੁੱਡ ਹੁਣ ਆਪਾਂ ਇਹਨੂੰ ਲੈ ਚੱਲਦੇ ਆ ਰਸੋਈ ਚ ਬਹੁਤ ਘੈਂਟ ਮਿਲਕ ਤਿਆਰ ਹੋਇਆ ਇਹਨੂੰ ਆਲਮੰਡ ਮਿਲਕ ਵੀ ਕਹਿ ਦਿੰਦੇ ਆ ਇੰਗਲਿਸ਼ ਚ ਚੱਲ ਆ ਜਾ ਬਈ ਫਿਰ ਆਪਾਂ ਹੁਣ ਆ ਸਮਾਨ ਵੀ ਸਮੇਟ ਲਈਏ ਤਾਂ ਵੀ ਹੁਣ ਆਪਾਂ ਇਹ ਚ ਖੰਡ ਐਡ ਕਰਾਂਗੇ ਉਹ ਸਾਰੇ ਚ ਨਹੀਂ ਖੰਡ ਐਡ ਕਰਦੇ ਬਸ ਨਹੀਂ ਉਹ ਪਾਣੀ ਇਹਦਾ ਸਾਈਡ ਤੋਂ ਡੁੱਲੀ ਜਾਂਦਾ ਇੱਕ ਹਨਾ ਦੱਸ ਦੀ ਕਿੰਨੇ ਗਲਾਸ ਮਿਣ ਕੇ ਪਾ ਲਈ ਉਹਨੇ ਡੇਢ ਕਪ ਬਸ ਦੋ ਤਾਂ ਨਾ ਪਾਈ ਕਿਉਂ ਆਪਾਂ ਦੋ ਜਾਣੇ ਤਾਂ ਹੈਗੇ ਆ ਤੀਜਾ ਹਰ ਗੁਣਾ ਕੇ ਤਿੰਨ ਗਲਾਸ ਤੋਂ ਪੀਵਾਂਗੇ ਦੁੱਧ ਐਡ ਕਰੀਏ ਦੁੱਧ ਕਰਦੇ ਹਾਂ ਦੁੱਧ ਨਾਲ ਬਹੁਤ ਟੇਸਟੀ ਬਣੂਗਾ ਦੁੱਧ ਤੋਂ ਯੂ ਕਿਵੇਂ ਕਰਨਾ ਲੱਗਣਾ ਕਰਦੇ ਹਾਂ ਦੁੱਧ ਐਡ ਖੰਡ ਲੱਭਦੇ ਹਾਂ ਵੀ ਹੁਣ ਆਪਾਂ ਇੱਕ ਗਲਾਸ ਦੁੱਧ ਐਡ ਲਿਆ ਗਲਾਸ ਕਿੱਥੇ ਆ ਗਲਾਸ ਕਰਾਂਗੇ ਪੂਰਾ ਮਿਣ ਕੇ ਇਹ ਬਣ ਗਿਆ ਟੋਟਲ ਤਿੰਨ ਗਲਾਸ ਲੈ ਵੀ ਕਰਦੇ ਐਡ ਤਿੰਨ ਚਮਚੀ ਖੰਡ ਪਾਵਾਂਗੇ ਇਹਦੇ 'ਚ ਇਹ ਸਾਰੇ 'ਚ ਆਪਾਂ ਖੰਡ ਤਾਂ ਨਹੀਂ ਐਡ ਕਰਦੇ ਜੇ ਆਪਾਂ ਫਿਰ ਉਹਨੂੰ ਨਾ ਉਹ ਖਰਾਬ ਹੋ ਜਾਂਦਾ ਸਾਰੇ 'ਚ ਖੰਡ ਐਡ ਕਰਕੇ ਹੁਣ ਜਿਵੇਂ ਆਪਣੇ ਕੋਲ ਇੰਨਾ ਬਚਿਆ ਇਹਨੂੰ ਆਪਾਂ ਕੱਲ੍ਹ ਨੂੰ ਵੀ ਪੀ ਸਕਦੇ ਹਾਂ ਫਰਿੱਜ ਪਿਆ ਉਹ ਖਰਾਬ ਨਹੀਂ ਹੁੰਦਾ ਗਾ ਤਾਂ ਕਰਕੇ ਖੰਡ ਨਹੀਂ ਐਡ ਕਰਦੇ ਆਪਾਂ ਹਾਂ ਅਭੀ ਖੰਡ ਪਾ ਦੇ ਤਿੰਨ ਚਮਚੇ ਕਿ ਜ਼ਿਆਦਾ ਪਾਉਣੀ ਹੈ ਇੱਕ ਦੋ ਤਿੰਨ ਅੱਧਾ ਹੋਰ ਪਾ ਦੇ ਅੱਧਾ ਹੋਰ ਪਾ ਦੇ ਇੱਕ ਰਹਿ ਜਾਣਾ ਬਸ ਹੁਣ ਇਹਦੇ 'ਚ ਆਪਾਂ ਇੱਕ ਚੀਜ਼ ਨਹੀਂ ਪਾਈ ਕਾਲੀ ਮਿਰਚ ਨਹੀਂ ਪਾਈ ਅਤੇ ਗੁਲਾਬ ਦੇ ਪੱਤੇ ਆਪਣੇ ਸੁੱਕੇ ਹੈ ਨਹੀਂ ਸੀਗੇ ਕੋਈ ਨਹੀਂ ਇੱਦਾਂ ਹੀ ਬਹੁਤ ਘੈਂਟ ਬਣੂਗਾ ਬਦਾਮ ਪਾਏ ਯਾਰ ਅੱਧਾ ਇੰਨਾ ਤਾਂ ਬਾਹਲੀ ਹੋ ਜੂਗੀ ਨਹੀਂ ਉਹ ਘੱਟ ਭੋਰਦੇ ਤੂੰ ਜ਼ਿਆਦਾ ਭੋਰਦਾ ਗਾ ਇਹ ਫਰਕ ਆ ਬਸ ਮਾੜਾ ਜਿਹਾ ਆ ਦੇਖੋ ਬਈ ਸਾਡੇ ਕੋਲ ਕੱਲ ਵਾਸਤੇ ਵੀ ਗਿਆ ਮੈਂ ਸਕੂਲੋਂ ਆ ਕੇ ਪੀਊਂਗਾ ਕੱਲ ਨੂੰ ਦੱਸਾਂ ਗੁਆ ਤੇ ਮਦਦ ਨਾ ਸਪਲ ਕਰ ਰਹੇ ਚਾਹ ਦੇ ਨਾ ਪਾ ਲੈ ਦੱਸੀ ਵਾਹ ਡੇੜੀ ਕਮਰੇ ਭਰਾਵਾ ਸਾਰੇ ਟੈਸਟ ਦੱਸੋ ਹੁਣ ਆ ਟੈਸਟ ਫੜੋ ਪਹਿਲਾਂ ਬੰਬਾ ਮਜ਼ੇਦਾਰ ਜੋ ਬਾਬੇ ਬਣਾਉਂਦੇ ਹੁੰਦੇ ਆ ਆ ਕੀ ਹੈ ਹੋਰ ਆ ਬੰਦਾ ਕੌਣ ਹੈ ਇਹ ਨਾ ਇੱਕ ਤਰ੍ਹਾਂ ਦਾ ਕੈਂਟ ਹੈ ਯਾਰ
तेन सब पता है चलो हम आप पीने रगड़ा सरदाई ब्लॉग की करते एंडिंग है ना भाई जो वीडियो वधिया लगी हो लाइक करो सब्सक्राइब करो शेयर कमेंट वीडियो नु शेयर कर दो दब के मिलते हैं फिर नए ब्लॉग च बाय।